ਨਮਸਕਾਰ ਸਸ਼੍ਰੀ ਅਕਾਲ ਤੇ ਗੁੱਡ ਮਾਰਨਿੰਗ ਬ੍ਰੇਕਫਾਸਟ న్యూਸ ਵਿੱਚ ਤੁਹਾਡਾ ਸਵਾਗਤ ਹੈ ਅੱਜ ਸਾਡੇ ਸਟੂਡੀਓ ਵਿੱਚ ਤਰਕਸ਼ੀਲ ਲਹਿਰ ਦੇ ਮੋਢੀ ਅਤੇ ਸਿਰ ਕਾ ਡਾਗੂ ਮੇਗਰਾਜ ਮਿੱਤਰ ਜੀ ਆਏ ਹੋਏ ਨੇ ਜਿਨ੍ਹਾਂ ਨੇ ਸਾਡੇ ਸਮਾਜ ਵਿੱਚ ਮੌਜੂਦ ਵਿਸ਼ਵਾਸਾਂ ਨੂੰ ਤਰਕ ਦੀ ਕੋਸਰਟੀ ਤੇ ਰੱਖ ਕੇ ਪਰਖਿਆ ਅਤੇ ਤਰਕਸ਼ੀਲ ਸੰਬੰਧੀ ਕਈ ਕਿਤਾਬਾਂ ਵੀ ਇਹਨਾਂ ਨੇ ਲਿਖੀਆਂ ਨੇ ਮੇਗਰਾਜ ਮਿੱਤਰ ਨਾਲ ਅਸੀਂ ਚਰਚਾ ਕਰਾਂਗੇ ਪਰ ਉਸ ਤੋਂ ਪਹਿਲਾਂ ਮਾਰ ਲੈਣੇ ਇੱਕ ਨਜ਼ਰ ਖਾਸ ਖਬਰਾਂ ਤੇ इलाहाबाद के रेलवे स्टेशन पे मति पगदड़ छति व्यक्तियों दी हुई मौत कई जख्मी अखिलेश यादव ने देते जांच ले हुक्म प्रदान मंत्री ने कीता दोखता प्रस्ताव मोगा जिम्मेचोन जे कांग्रेस पार्टी नु लगया झटका सीनियर कांग्रेसियागु जगू जग रूप सिंह सक्तू पूरा होया अकाली दल च शामिल सुबीर सिंह वादन एक सक्तू पूरा दा अकाली दल च शामिल होन दा कीता चा ਕੁਰੂਕਸ਼ੇਤਰ ਜ਼ਿਲ੍ਹੇ ਦੇ ਪਿੰਡ ਦਬ ਖੇੜੀ ਵਿਖੇ ਸਤਲੁਜ ਅਮਲਾ ਲਿੰਕ ਨਹਿਰ ਜੋ ਮਿਲਿਆ ਦੋ ਲੱਖਾਂ ਦਾ ਇੱਕ ਦੀ ਹੋਈ ਪਛਾਣ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਕੀਤੀ। ਵੀਰਾ ਵਿਖੇ ਐਨਆਰਆਈ ਲੜਕੇ ਸਨੇ 6 ਜਣੇ ਵੱਲੋਂ ਵਿਆਹ ਦਾ ਚਾਂਸਾ ਦੇ ਕੇ ਲੜਕੀ ਦੇ ਪਰਿਵਾਰ ਨਾਲ 12 ਲੱਖ ਰੁਪਏ ਠੱਗਣ ਦਾ ਮਾਮਲਾ। ਅੱਜ ਦੇ ਸਾਡੇ ਮਹਿਮਾਨ ਨੇ ਮੇਗਰਾਜ ਮਿੱਤਰ ਜੀ ਜਿਨ੍ਹਾਂ ਨਾਲ ਅਸੀਂ ਚਰਚਾ ਕਰਾਂਗੇ ਲੋਕਾਂ ਦੇ ਵਿੱਚ ਮੌਜੂਦ ਅੰਧਵਿਸ਼ਵਾਸਾਂ ਦੀ ਮੇਗਰਾਜ ਮਿੱਤਰ ਜੀ ਸਭ ਤੋਂ ਪਹਿਲੇ ਤਾਂ ਅੱਜ ਦੀ ਜਿਹੜੀ ਵੱਡੀ ਖਬਰ ਆ ਰਹੀ ਹੈ ਕਿ ਕੁੰਭ ਮੇਲੇ ਦੇ ਵਿੱਚ ਜਿਹੜੇ ਕਈ ਲੋਕ ਨੇ ਉਹ ਮਾਰਗ ਨੇ 36 ਲੋਕਾਂ ਦੀ ਮੌਤ ਹੋ ਗਈ ਇਹ ਧਰਮ ਨਾਲ ਸੰਬੰਧ ਤੇ ਮਾਮਲਾ ਹੈ ਤੇ ਇਸ ਦੌਰਾਨ ਇਹ ਜਿਹੜਾ ਹਾਦਸਾ ਵਾਪਰ ਜਾਣਾ ਤੇ ਲੋਕਾਂ ਦੇ ਕਿਤੇ ਨਾ ਕਿਤੇ ਇਸ ਵਿੱਚ ਵੀ ਅੰਧਵਿਸ਼ਵਾਸ ਦੇ ਨੇ ਜੁੜੇ ਹੋਇਆ ਦੇਖੋ ਜੀ ਲੋਕਾਂ ਦੀ ਸਰਦ ਹੈ ਤੇ ਲੋਕ ਅਦਰਸ ਸਥਾਨਾਂ ਦੇ ਉੱਪਰ ਜਾਂਦੇ ਨੇ ਤੇ ਜਦੋਂ ਜਾਂਦੇ ਨੇ ਤੇ ਉੱਥੇ ਕਿਉਂਕਿ ਹਿੰਦੁਸਤਾਨ ਦੇ ਵਿੱਚ 99% ਲੋਕ ਹੈ ਜਿਹੜੇ ਕਿਸੇ ਨਾ ਕਿਸੇ ਧਰਮ ਦੇ ਵਿੱਚ ਯਕੀਨ ਕਰਦੇ ਨੇ ਇਹ ਸਰ ਕਿ ਧਾਰਮਿਕ ਸਥਾਨਾਂ ਦੇ ਉੱਪਰ ਇਕੱਠ ਬਹੁਤ ਜ਼ਿਆਦਾ ਹੋ ਜਾਂਦਾ ਤੇ ਸਰਕਾਰ ਵੱਲੋਂ ਉਸ ਦੇ ਵੱਡੇ ਇੰਤਜ਼ਾਮ ਨਹੀਂ ਕੀਤੇ ਜਾਂਦੇ ਜੇ ਕੀਤੇ ਵੀ ਜਾਂਦੇ ਨੇ ਲੋਕਾਂ ਦੇ ਇਕੱਠ ਅੱਗੇ ਉਹ ਖੜਦੇ ਨਹੀਂ ਕਿ ਇਹ ਸਰ ਕਿ ਦਰਗਾਹਾਂ ਵਾਪਰ ਜਾਣੀਆਂ ਇਹ ਸਥਾਨਾਂ ਦੇ ਉੱਪਰ ਆਮ ਗੱਲ ਐ ਤੇ ਪਰ ਮੇਰੇ ਲੋਕਾਂ ਨੂੰ ਇਹ ਇਹਨਾਂ ਗੱਲਾਂ ਨੂੰ ਵੰਡ ਲੈਣਾ ਚਾਹੀਦਾ ਕਿਸੇ ਹੋਰ ਸਮੇਂ ਦੇ ਉੱਪਰ ਜਾ ਕੇ ਉਹਨਾਂ ਸਥਾਨਾਂ ਦੇ ਉੱਪਰ ਨਹਾਇਆ ਵੀ ਜਾ ਸਕਦਾ ਤੇ ਇਹ ਸਰਕੇ ਇਕੱਠ ਤੋਂ ਜਾਣ ਤੋਂ ਗਰੇਜੀ ਕਰਨਾ ਚਾਹੀਦਾ ਮੇਗਰਾ ਜੀ ਟੀਵੀ ਤੇ ਵੀ ਅੱਜਕੱਲ੍ਹ ਕਈ ਤਰ੍ਹਾਂ ਦੇ ਜਿਹੜੇ ਹੈਗੇ ਨੇ ਧਾਰਮਿਕ ਪ੍ਰੋਗਰਾਮ ਆਉਂਦੇ ਨੇ ਤੇ ਉਹਨਾਂ ਦਾ ਵੀ ਕਿਤੇ ਨਾ ਕਿਤੇ ਲੋਕਾਂ ਦੇ ਮਨ ਤੇ ਪ੍ਰਭਾਵ ਪੈਂਦਾ ਬਹੁਤ ਬੁਰਾ ਪ੍ਰਭਾਵ ਪੈਂਦਾ ਜੀ ਤੇ ਲੋਕ ਹੈ ਜਿਹੜੇ ਅੰਦਰ ਸਾਸਿ ਹੁੰਦੇ ਨੇ ਗੈਰ ਵਿਗਿਆਨਕ ਸੋਚ ਬੰਦੀ ਆ ਉਹਨਾਂ ਦੀ ਇਹ ਸਰਕੇ ਸਾਰੇ ਚੈਨਲ ਵਾਲਾ ਨੂੰ ਚਾਹੀਦਾ ਤਾਂ ਇਹੀ ਹੈ ਵੀ ਸਾਇੰਸ ਨਾਲ ਰਿਲੇਟਡ ਗੱਲਾਂ ਜਿਹੜੀਆਂ ਬਤਵਤ ਦਿਖਾਈਆਂ ਜਾਣ ਤਾਂ ਜੋ ਸਾਡੇ ਦੇਸ਼ ਦੇ ਲੋਕ ਜ਼ਿਆਦਾ ਸੁਚੇਤ ਹੋਣ ਤੇ ਜੇ ਸਾਡੇ ਦੇਸ਼ ਦੇ ਲੋਕ ਜ਼ਿਆਦਾ ਸੁਚੇਤ ਹੋਣਗੇ ਚੇਤਨ ਹੋਣਗੇ ਤਾਂ ਹੀ ਸਾਡਾ ਦੇਸ਼ ਹੈ ਜਿਹੜਾ ਤਰੱਕੀ ਕਰ ਸਕੂਗਾ ਮੇਗਰਾ ਜੀ ਇੱਕ ਜਿਵੇਂ ਲੋਕਾਂ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਮੈਂ ਕਹੂੰਗੀ ਵਿਸ਼ਵਾਸ ਬਣਿਆ ਹੋਇਆ ਕਿ ਨਜ਼ਰ ਲੱਗ ਜਾਂਦੀ ਹੈ ਕਿ ਇਦਾਂ ਵੀ ਕੁਝ ਹੁੰਦਾ ਦੇਖੋ ਜੀ ਜਿਹੜੇ ਆਮਦ ਵਿਸ਼ਵਾਸ ਹੁੰਦੇ ਨੇ ਇਹਨਾਂ ਦੇ ਪਿੱਛੇ ਕੋਈ ਦਲੀਲ ਜਾਂ ਲੌਜਿਕ ਤਾਂ ਕੰਮ ਨਹੀਂ ਕਰਦਾ ਪਰ ਮੇਰੇ ਦੇਸ਼ ਦੇ ਲੋਕਾਂ ਨੂੰ ਆਦਤ ਨਹੀਂ ਹੁੰਦੀ ਕਿ ਉਹ ਕੋਈ ਕਿਸੇ ਗੱਲ ਨੂੰ ਦੂਸਰੀ ਗੱਲ ਨਾਲ ਲਿੰਕ ਕਰਕੇ ਦੇਖਣ ਜੇ ਜਾਨੀ ਕਿ ਮੈਂ ਕਾਹਾਂ ਵੀ ਮੈਂ ਇਸ ਮੇਜ਼ ਦੇ ਉੱਪਰ ਮੁੱਕੀ ਮਾਰੂੰਗਾ ਤੇ ਦੂਸਰੀ ਕੁਰਸੀ ਜਿਹੜੀ ਜਾ ਕੇ ਟੁੱਟ ਜਾਊਗੀ ਤਾ ਮੇਰੇ ਲੋਕ ਇਸ ਗੱਲ ਨੂੰ ਤਾਂ ਸੋਚਣ ਲੱਗ ਜਾਂਦੇ ਨੇ ਵੀ ਇਹਨਾਂ 'ਚ ਲਿੰਕ ਕੀ ਐ ਪਰ ਅੰਧਵਿਸ਼ਵਾਸਾਂ ਵੇਲੇ ਜੇ ਕੋਈ ਕਿਹਾ ਜਾਂਦਾ ਵੀ ਕੋਈ ਕੁੱਤੇ ਨੇ ਕੰਨ ਹਲਾਪੇ ਜਾਂ ਬਿੱਲੀ ਰਸਤਾ ਕੱਟ ਗਈ ਕੀ ਜੇ ਇਹਨਾਂ ਲੋਕਾਂ ਨੂੰ ਪੁੱਛਿਆ ਜਾਵੇ ਵੀ ਜੇ ਤੁਸੀਂ ਕਿਸੇ ਜੱਜ ਕੋਲ ਕੰਮ ਲਈ ਜਾ ਰਹੇ ਹੋ ਤੁਹਾਡੇ ਮਕਦਮੇ ਦੀ ਪੀਸੀ ਐ ਕੀ ਬਿੱਲੀ ਜਾਂ ਕੁੱਤਾ ਜਿਹੜਾ ਜੱਜ ਨੂੰ ਸਖਾਇਆ ਆ ਆ ਵੀ ਜਿਹਦੇ ਨਾਲ ਤੁਹਾਡੇ ਐਂਟੀ ਫੈਸਲਾ ਹੋ ਜਾਊਗਾ ਇਹ ਸਰ ਕੇ ਮੇਰੇ ਦੇਸ਼ ਦੇ ਲੋਕ ਜਿੰਨਾ ਚਿਰ ਕਿਸੇ ਗੱਲ ਦਾ ਕਿਸੇ ਗੱਲ ਨਾਲ ਕੀ ਸੰਬੰਧ ਹੈ ਉਹ ਜੋੜਨ ਸਿੱਖਦੇ ਨਹੀਂ ਹੈਗੇ ਉਨਾਂ ਚਿਰ ਇਹ ਜਿਹੜੀਆਂ ਅੰਧਵਿਸ਼ਵਾਸ ਹੈ ਜਿਹੜੇ ਉਹ ਜਾਰੀ ਰਹਿਣਗੇ ਅੱਜ ਵੀ ਤੁਸੇ ਕਹਿ ਰਹੇ ਹੋ ਕਿ ਇਸ ਸੰਬੰਧ ਜੋੜਨਾ ਬਹੁਤ ਜ਼ਰੂਰੀ ਹੈ ਪਰ ਕਈ ਹੋਰ ਵੀ ਇਸ ਤੋਂ ਇਲਾਵਾ ਜਿਹੜੇ ਅੰਧਵਿਸ਼ਵਾਸ ਨੇ ਲੋਕਾਂ ਵਿੱਚ ਨੇ ਕਿ ਜਿੱਦਾਂ ਹੋ ਗਿਆ ਕਿ ਰਾਤ ਨੂੰ ਨੋ ਨਹੀਂ ਕੱਟਨੇ ਚਾਹੀਦੇ ਵੀਰਵਾਰ ਤੇ ਸ਼ਨੀਵਾਰ ਨੂੰ ਸਿਰ ਤੋਂ ਉਹਨਾਂ ਨਹੀਂ ਚਾਹੀਦਾ ਉਹਨਾਂ ਨਾਲ ਵੀ ਬੁਰਾ ਹੁੰਦਾ ਹੈ ਸਾਡੀ ਕਿਸਮਤ ਤੇ ਬੁਰਾ ਪ੍ਰਭਾਵ ਪੈਂਦਾ ਹੈ ਹਾਂਜੀ ਇਹ ਹੋਰ ਵੀ ਕਈ ਤਰ੍ਹਾਂ ਦੇ ਇਹਨਾਂ ਦੇ ਵਿੱਚ ਹੈਗੇ ਨੇ ਜਿਵੇਂ ਕਿ ਅੱਖ ਦਾ ਫੜਕਣਾ ਕਿਹਾ ਜਾਂਦਾ ਉਹ ਵੀ ਬੁਰਾ ਮੰਨਿਆ ਜਾਂਦਾ ਹੈ ਲੋਕਾਂ ਦੇ ਵਿੱਚ ਨੇ ਤੇ ਇਹ ਕਿੱਥੇ ਕਿਤੇ ਇਹਦੇ ਨਾਲ ਵੀ ਕੋਈ ਲੌਜੀਕ ਜੁੜਿਆ ਹੋਇਆ ਹੈ ਜਾਂ ਫਿਰ ਇਹ ਵੀ ਇੱਕ ਅੰਧਵਿਸ਼ਵਾਸ ਹੀ ਨੇ ਦੇਖੋ ਅੱਖ ਦਾ ਫੜਕਣਾ ਜਿਹੜਾ ਹੋ ਸਕਦਾ ਕੋਈ ਮਾੜੀ ਮੋਟੀ ਕੋਈ ਬਿਮਾਰੀ ਹੈ ਜਿਹੜੀ ਦਿਮਾਗ ਦੇ ਚ ਪੰਪ ਰਹੀ ਹੋਵੇ ਜਿਹਦੇ ਨਾਲ ਅਨ ਕੰਟਰੋਲਡ ਐਕਟੀਵਿਟੀ ਜਿਹੜੀਆਂ ਸ਼ੁਰੂ ਹੋ ਰਹੀਆਂ ਹੁਣ ਥੋੜੀਆਂ ਬਹੁਤ ਪਰ ਜਾਨੀ ਕਿ ਆਮ ਤੌਰ ਤੇ ਅੰਧਵਿਸ਼ਵਾਸ ਹੈ ਜਿਹੜੇ ਉਹ ਆਰਡਰ ਦੇਸ਼ਾਂ ਦੇ ਵਿੱਚ ਆਰਡਰ ਹੁੰਦੇ ਨੇ ਕੋਈ 13 ਨੂੰ ਅੰਧਵਿਸ਼ਵਾਸ ਮੰਨੀ ਜਾਂਦਾ ਕੋਈ ਨਹੀਂ ਮੰਨਦਾ ਹੈਗਾ ਇਹ ਸਰਕੇ ਜਾਨੀ ਕਿ ਅੰਧਵਿਸ਼ਵਾਸ ਜੇ ਅੰਧਵਿਸ਼ਵਾਸਾਂ ਨਾਲ ਕੋਈ ਗੱਲ ਜੁੜੀ ਹੋਵੇ ਤਾਂ ਸਾਰੇ ਇੱਕਸਾਰ ਹੋਣ ਕਿਉਂਕਿ ਜੇ ਸਾਇੰਸ ਹੈ ਜਿਹੜੀ ਉਹ ਹਮੇਸ਼ਾ ਇੱਕਸਾਰ ਹੁੰਦੀ ਹੈ ਜੇ ਮੇਰੇ ਖੂਨ ਦੇ ਵਿੱਚ ਕੋਈ ਨੁਕਸ ਪੈ ਜਾਂਦਾ ਮੈਂ ਉਹਨਾਂ ਨੂੰ 10 ਲੈਬੋਰੀਟਰੀਆਂ ਉੱਪਰ ਟੈਸਟ ਕਰਾਉਣਾ ਭੇਜ ਦਿੰਦਾ ਜੇ 10 ਲੈਬੋਰੀਟਰੀਆਂ ਦੀ ਰਿਪੋਰਟ ਹੈ ਜਿਹੜੀ ਸੇਮ ਹੈ ਤਾਂ ਉਹ ਗੱਲ ਵਿਗਿਆਨਕ ਹੁੰਦੀ ਹੈ ਜਾਰੀ 10000 ਰਿਪੋਰਟੀਆਂ ਦੇ ਚੋਂ ਪੰਜ ਚਾਰ ਲੈਬਾਰਟਰੀਆਂ ਨੇ ਜਿਹੜੀਆਂ ਉਹਨਾਂ ਦੀ ਰਿਪੋਰਟ ਵਖ ਵਖ ਹੋ ਜਾਂਦੀ ਹੈ ਤਾਂ ਉਹ ਗੱਲ ਗੈਰ ਵਿਗਿਆਨਕ ਹੁੰਦਾ ਹੈ ਇਹ ਸਰਕੇ ਅੰਧਵਿਸ਼ਵਾਸਾਂ ਹੁੰਦੇ ਵਿੱਚ ਸਾਰਿਆਂ ਦਾ ਵੱਡਾ ਸਬੂਤ ਇਹੀ ਹੈ ਵੀ ਇਹ ਆਰਡਰ ਦੇਸਾਂ ਦੇ ਅੰਧਵਿਸ਼ਵਾਸਾ ਜਿਹੜੇ ਅਲੱਗ-ਅਲੱਗ ਹੁੰਦੇ ਨੇ ਇਹ ਸਰਕੇ ਇੱਕ ਲਾਈਨ ਆਈਆਂ ਬਿਲਕੁਲੀ ਅਨਸੈਂਟੀਫਿਕ ਮੇਗਰਾ ਜੀ ਜਿਵੇਂ ਪਹਿਲਾਂ ਕਿਹਾ ਜਾਂਦਾ ਸੀ ਕਿ ਜਿਹੜੇ ਪਿੰਡਾਂ ਦੇ ਲੋਕ ਨੇ ਉਹਨਾਂ ਨੂੰ ਸ਼ਾਇਦ ਪੜ੍ਹੇ ਲਿਖੇ ਨਹੀਂ ਹੈ ਤੇ ਕਈ ਗਰੀਬ ਲੋਕ ਜਿਹੜੇ ਹੈਗੇ ਨੇ ਉਹ ਜਾਂਦੇ ਨੇ ਇਨ੍ਹਾਂ ਸਾਧ ਸੰਤਾਂ ਦੇ ਕੋਲ ਜਾਂ ਫਿਰ ਉਹ ਅਜਿਹੀਆਂ ਚੀਜ਼ਾਂ ਵੱਲ ਜਾਂਦਾ ਜਾਂਦੇ ਨੇ ਡਾਕਟਰ ਦੇ ਕੋਲ ਜਾਣ ਦੀ ਥਾਂ ਜਿਵੇਂ ਕਿ ਕਸਰਾ ਦੀ ਕਈ ਵਾਰ ਬਿਮਾਰੀ ਹੁੰਦੀ ਹੈ ਤਾਂ ਉਹ ਕਹਿੰਦੇ ਕਿ ਚਲੋ ਜੀ ਕਿਸੇ ਸਾਧ ਸੰਤ ਕੋਲ ਹੀ ਚੱਲ ਜਾਂਦੇ ਆ ਤੇ ਉੱਥੇ ਥੋੜਾ ਜਿਹਾ ਛੇਤੀ ਹੋ ਜਾਊਗਾ ਤੇ ਪਰ ਕਹਿੰਦੇ ਸੀ ਕਿ ਪਿੰਡਾਂ ਵਾਲੇ ਲੋਕ ਜ਼ਿਆਦਾ ਜਾਂਦੇ ਨੇ ਪਰ ਅੱਜਕੱਲ ਦੇਖਿਆ ਜੇ ਤਾਂ ਕਈ ਪੜ੍ਹੇ ਲਿਖੇ ਵੀ ਲੋਕ ਨੇ ਜਿਹੜੇ ਉਹਨਾਂ ਦੇ ਵੀ ਇਨ੍ਹਾਂ ਦਾ ਪ੍ਰਭਾਵ ਪਿਆ ਰ ਦੇਖੋ ਗੱਲ ਇਹ ਹੈ ਵੀ ਜਿਹੜਾ ਅੰਧਵਿਸ਼ਵਾਸ ਆ ਨਾ ਹਮੇਸ਼ਾ ਇਹ ਅਗਿਆਨ ਅਗਿਆਨਤਾ ਜਿਹੜੀ ਇਹਦੀ ਕੁੱਖ ਦੇ ਵਿੱਚੋਂ ਪੈਦਾ ਹੁੰਦਾ ਤੇ ਦੁਰਦਸ਼ਾ ਦੀ ਜਾਨੀ ਕਿ ਲੋਕਾਂ ਦੀ ਕਰ ਦਿੰਦਾ ਦੁਰਦਸ਼ਾ ਦੀ ਮਾਂ ਬਣ ਕੇ ਬੈਠ ਜਾਂਦਾ ਹੁਣ ਲੋਕ ਬਾਬਿਆਂ ਕੋਲ ਜਾਂਦੇ ਨੇ ਤੇ ਹੁਣ ਬਾਬੇ ਆ ਜਿਹੜੇ ਉਹਨਾਂ ਦਾ ਦੰਦਾ ਇਹ ਕਿਉਂਕਿ ਅੱਜ ਕੱਲ੍ਹ ਹਿੰਦੁਸਤਾਨ ਦੇ ਵਿੱਚ ਇਹ ਗੱਲ ਹੈ ਵੀ ਬਾਬਿਆਂ ਦੇ ਉੱਪਰ ਕੋਈ ਟੈਕਸ ਨਹੀਂ ਕੋਈ ਇਨਵੈਸਟਮੈਂਟ ਨਹੀਂ ਕਰਨੀ ਪੈਂਦੀ ਉਹਨਾਂ ਨੂੰ 100% प्रॉफिट ਹੈ ਨਾਲੇ ਰਿਸਪੈਕਟ ਬਣੀ ਰਹਿੰਦੀ ਹੈ ਇਹ ਸਰਕੇ ਬਾਬੇ ਜਿਹੜੇ ਦਿਨ ਦਿਨ ਫਲਫਲ ਰਹੇ ਨੇ ਪਰ ਲੋਕਾਂ ਦੇ ਘਰ ਤਾਂ ਦਿਨ ਦਿਨ ਦਰਦਸਾ ਮਲ ਵਧ ਰਹੇ ਨੇ ਮਾੜੀਆਂ ਹਾਲਤਾਂ ਪੈਦਾ ਹੋ ਰਹੀਆਂ ਨੇ ਇਹ ਸਰਕੇ ਲੋਕਾਂ ਨੂੰ ਜਿੰਨਾ ਚਿਰ ਉਹ ਸਾਇੰਸ ਦੀ ਸੋਚ ਨਹੀਂ ਅਪਣਾਉਂਦੇ ਵੀ ਹਰੇਕ ਘਟਨਾ ਦੇ ਪਿੱਛੇ ਕੋਈ ਨਾ ਕੋਈ ਵਿਗਿਆਨ ਦਾ ਨਿਜਮ ਕੰਮ ਕਰਦਾ ਹੁੰਦਾ ਹੈ ਉਸ ਨਿਜਮ ਨੂੰ ਲੱਭਣਾ ਨਹੀਂ ਸਿੱਖਦੇ ਮੇਰੇ ਲੋਕ ਉਨਾਂ ਚਿਰ ਸਾਡੇ ਦੇਸ਼ ਦੀਆਂ ਹਾਲਤਾਂ ਬਿਹਤਰ ਨਹੀਂ ਹੋ ਸਕਦੀਆਂ ਵਧੀਆ ਨਹੀਂ ਬਣ ਸਕਦੀਆਂ ਜੀ ਇਹ ਵਹਿਮ ਪਰਮ ਜਿਹੜੇ ਹੈਗੇ ਨੇ ਇਹ ਨੌਜਵਾਨ ਪੀੜ੍ਹੀ ਨੂੰ ਵੀ ਕਾਫੀ ਦੂਕ ਰਾਹੇ ਪਾਰੇ ਨੇ ਤੇ ਲੋਕ ਵੀ ਕਾਹੀ ਕਾਫੀ ਗਲਤ ਧਾਮਾਤੇ ਜਾ ਰਹੇ ਨੇ ਜਿਵੇਂ ਕਿ ਤੁਸੀਂ ਸਾਧ ਸੰਤਾ ਦੀ ਗੱਲ ਕਹਿ ਰਹੇ ਹੋ ਕਿ ਇਹਨਾਂ ਦੇ ਪਿੱਛੇ ਲੱਗ ਰਹੇ ਨੇ ਡਾਕਟਰਾਂ ਦੀ ਥਾਂ ਤੇ ਜਾਣ ਦੀ ਬਜਾਏ ਤੇ ਇਸੇ ਤਰ੍ਹਾਂ ਇਹ ਵਹਿਮ ਪਰਮ ਨੇ ਜਿਹੜੇ ਇਹ ਮਨੁੱਖ ਦੇ ਦਿਮਾਗ ਤੇ ਵੀ ਕਈ ਖਰਾਬ ਕਰਦੇ ਨੇ ਤੇ ਉੱਥੇ ਸਮਾਜ ਦੇ ਵਿਕਾਸ ਦੇ ਵਿੱਚ ਵੀ ਕਿਤੇ ਨਾ ਕਿਤੇ ਰੁਕਾਵਟ ਬਣ ਰਹੇ ਨੇ ਬਹੁਤ ਵੱਡੀ ਰੁਕਾਵਟ ਬਣ ਰਹੇ ਨੇ ਜੀ ਐਕਚੁਅਲੀ ਸਾਡੀਆਂ ਜਿਹੜੀਆਂ ਸਰਕਾਰਾਂ ਨੇ ਇਹ ਅੰਧਵਿਸ਼ਵਾਸਾਂ ਦੇ ਸਿਰ ਦੇ ਉੱਪਰ ਪਲ ਰਹੀਆਂ ਨੇ ਤੇ ਜਿੰਨੇ ਚਿਰ ਵਧੀਆ ਸਰਕਾਰਾਂ ਆ ਕੇ ਇੱਥੇ ਅੰਧਵਿਸ਼ਵਾਸਾਂ ਨੂੰ ਦੂਰ ਕਰਨ ਲਈ ਮਿਹਮਾਨੀ ਤੋਰਦੀਆਂ ਉਹਨਾਂ ਚਿਰ ਸਾਡਾ ਦੇਸ਼ ਵੀ ਤਰੱਕੀ ਨਹੀਂ ਕਰ ਸਕਦਾ ਕਿਉਂਕਿ ਸਰਕਾਰਾਂ ਹੀ ਦੇਸ਼ ਦੀਆਂ ਕਿਸਮਤ ਬਣਾਉਣ ਵਾਲੀਆਂ ਹੁੰਦੀਆਂ ਨੇ ਇਥੋਂ ਦੇ ਸਮੁੱਚੇ ਲੋਕਾਂ ਦੀ ਜਿਹੜਾ ਜੀਵਨ ਪੱਧਰ ਹੈ ਉੱਚਾ ਚੱਕਣ ਲਈ ਵਧੀਆ ਸਰਕਾਰਾਂ ਦਾ ਹੋਣਾ ਲਾਜ਼ਮੀ ਹੈ ਵਧੀਆ ਸਰਕਾਰਾਂ ਜੇ ਆਉਣਗੀਆਂ ਇੱਥੇ ਤਾਂ ਉਹਨਾਂ ਨੇ ਮਹਿਮਾ ਚਲਾ ਕੇ ਅੰਧਵਿਸ਼ਵਾਸਨ ਦੂਰ ਕਰਨਾ ਤੇ ਸਾਡੀ ਸੈਟੀਫਾਈ 28 ਸਾਲਾਂ ਤੋਂ ਇਹਨਾਂ ਨੂੰ ਦੂਰ ਕਰਨ ਦਾ ਯਤਨ ਕਰ ਰਹੀ ਹੈ ਪਿੰਡਾਂ ਦੇ ਵਿੱਚ ਅਸੀਂ ਕੁਝ ਸਫਲ ਵੀ ਹੋਏ ਆਂ ਤੇ ਮੇਰਾ ਖਿਆਲ ਹੈ ਹਜੇ ਸਾਡ ਨੂੰ ਕਈ ਜਨਰੇਸ਼ਨਾਂ ਲੱਗ ਜਾਣੀਆਂ ਤਾਂ ਜਾ ਕੇ ਇਥੋਂ ਲੋਕ ਇਹਦੇ ਅੰਧਵਿਸ਼ਵਾਸਾਂ ਤੋਂ ਮੁਕਤ ਹੋਣਗੇ ਗੱਲ ਚੱਲ ਰਹੀ ਹੈ ਅੰਧਵਿਸ਼ਵਾਸਾ ਦੀ ਤੁਸੀਂ ਗੱਲ ਕਹਿ ਰਹੇ ਹੋ ਕਿ ਡਾਕਟਰਾਂ ਕੋਲ ਜਾਣਾ ਚਾਹੀਦਾ ਹੈ ਤੇ ਅੰਧਵਿਸ਼ਵਾਸਾ ਨੂੰ ਖਤਮ ਕਰਨਾ ਚਾਹੀਦਾ ਹੈ ਪਰ ਕੁਝ ਥੋੜੇ ਜਿਹੇ ਜਿਹੜੇ ਅੰਧਵਿਸ਼ਵਾਸੇ ਮੈਂ ਸਾਡੇ ਦਰਸ਼ਕ ਜਿਹੜੇ ਨੇ ਜਾਣਨਾ ਚਾਹਣਗੇ ਕਿ ਇਹਨਾਂ ਦੇ ਪਿੱਛੇ ਲੌਜੀਕ ਕੀ ਹੈ ਐਕਚੁਅਲੀ ਜਿਹਵੇਂ ਥੋੜੇ ਜੇ ਤੁਹਾਡੇ ਨਾਲ ਸਾਂਝਾ ਕਰਨਾ ਚਾਹੂੰਗੀ ਹਾਂਜੀ ਪਰ ਉਸ ਤੋਂ ਪਹਿਲਾਂ ਸਾਡੇ ਨਾਲ ਇੱਕ ਕਾਲਰ ਜੁੜਿਆ ਨੇ ਉਹਨਾਂ ਨਾਲ ਗੱਲ ਕਰ ਲੈਨੇ ਹੈ ਹੈਲੋ ਕਿੱਥੋਂ ਬੋਲ ਰਹੇ ਹੋ ਹੈਲੋ ਹਾਂਜੀ ਕੀ ਨਾਮ ਹੈ ਤੁਹਾਡਾ ਹਰਜਿੰਦਰ ਬੋਲ ਰਿਹਾ ਹਾਂ ਜੀ ਗਰੂਪਸ ਆਏ ਤੋਂ ਹਾਂਜੀ ਹਰਜਿੰਦਰ ਜੀ ਕੀ ਪੁੱਛਣਾ ਚਾਹੋਗੇ ਰਾਣੀ ਮੈਂ ਕਹਿਣਾ ਚਾਹਣਾ ਕਿ ਜਿਹੜੇ মিডিਆ ਦਾ ਜਿਹੜਾ ਧਰਮ ਹੈ ਜਿਹੜਾ ਕੋਈ ਵੀ ਬੁਰਾਈ ਸਮਾਜ ਦੇ ਵਿੱਚੋਂ ਕੱਢਣ ਲਈ ਸਭ ਤੋਂ ਪਹਿਲਾਂ ਤਾਂ ਈਡੀਆ ਨੂੰ ਹੀ ਹਮਲਾ ਮਾਰਨਾ ਪੈਂਦਾ ਤੇ ਵੀ ਜਈ ਬੁਰਾਈ ਫਲਾਉਣ ਵਾਸਤੇ ਵੀ ਜ਼ਿੰਮੇਵਾਰ ਗੱਲ ਦੇ ਚੈਨਲ ਐਡਵਰਟਾਈਜ਼ ਕਰਨੇ ਦੀ ਲੱਛੀ ਦੀ ਪੂਜਾ ਦੀ ਕਬੀਰ ਤੱਕ ਪੂਜਾ ਕਰ ਲੋ ਜਿੰਨਾ ਧੰਨ ਮਿਲ ਜੇਗਾ ਉਹ ਹੋ ਜਾਏਗਾ ਆ ਚੀਜ਼ ਲਾਲ ਕਤਾਬ ਮਗਾ ਲੋ ਜੀ ਉਹ ਇੱਕ ਹੋਰ ਕਈ ਤਰ੍ਹਾਂ ਦੇ ਇਸ਼ਤਿਹਾਰਕਾਰੀ ਜਿਹੜੀ ਚੱਲੀ ਜਾਂਦੇ ਨੇ ਇਹਦੇ ਵਿੱਚ ਇਹ ਆ ਵੀ ਜੇਰੀ ਇੱਕ ਸਾਡੇ ਦੇਸ਼ ਦੇ ਵਿੱਚ ਜੋਤਿਸ਼ ਦੀ ਡਿਗਰੀ ਦਿੱਤੀ ਜਾਂਦੀ ਆ ਉਹ ਬੜਾ ਵੱਡਾ ਅੰਧਵਿਸ਼ਵਾਸ ਹੈ ਇਹ ਡਿਗਰੀਆਂ ਹੀ ਦੇਣ ਲੱਗ ਗਏ ਪਾਂਧਵਿਸ਼ਵਾਸ ਦੀਆਂ ਤੇ ਫਿਰ ਇਹ ਵਿਸ਼ਵਾਸ ਨਿਕਲੇਗਾ ਕਿੱਥੋਂ ਇਹ ਚੀਜ਼ੇ ਵੀ ਜਿਹੜਾ ਮੀਡੀਆ ਨੂੰ ਇਹ ਦੱਸਣਾ ਚਾਹੀਦਾ ਲੋਕਾਂ ਨੂੰ ਕਿ ਜਿਹੜੇ ਅੰਧਵਿਸ਼ਵਾਸ ਤੋਂ ਇਹ ਤਰਕੀਲ ਸੋਸਾਇਟੀ ਦੇ ਬੈਠੇ ਨੇ ਜਿਹੜੇ ਸੱਜਣ ਸਾਡੇ ਅੱਜ ਮੈਂ ਬਹੁਤ ਧੰਨਵਾਦ ਕਰਦਾ ਇਹਨਾਂ ਦਾ ਜਿਹੜਾ ਮੈਂ ਇੱਕ ਧਰਮ ਨੂੰ ਬੁਲਾਉਂ ਕਰਦਾ ਇੱਕ ਧਰਮ ਦੀਆਂ ਸਾਰੀਆਂ ਗੱਲਾਂ ਜਿਹੜੀਆਂ ਨੇ ਤਰਕਸ਼ੀਲਤਾ ਤੇ ਜਿਹੜੀਆਂ ਨੇ ਖਰੀਆਂ ਉੱਤਰ ਪਰ ਜਿਹੜਾ ਅੰਧਵਿਸ਼ਵਾਸ ਇਹ ਫਲਾਇਆ ਜਾ ਰਿਹਾ ਮੀਡੀਆ ਲੋਕ ਫਲਾਇਆ ਜਾ ਰਿਹਾ ਬਹੁਤ ਜ਼ਿਆਦੀ ਵੱਡੀ ਮਾਂ ਦੇ ਜਿੰਨੇ ਨਿਊਜ਼ ਚੈਨਲ ਜਾਂ ਦੂਸਰੇ ਚੈਨਲ ਦੇਣਾ ਕੋਈ ਵੀ ਸਾਰੇ ਪ੍ਰਾਈਵੇਟ ਚੈਨਲਾਂ ਦੇ ਇਹੋ ਕੁਝ ਹੀ ਆਈ ਜਾਂਦਾ ساری ਝਾੜੀ ਅੰਧਵਿਸ਼ਵਾਸ ਵਾਲੀਆਂ ਗੱਲਾਂ ਇਹ ਮੀਡੀਆ ਨੂੰ ਚਾਹੀਦਾ ਮੀਡੀਆ ਬਹੁਤ ਕੁਝ ਕਰ ਸਕਦਾ ਇਹਦੇ ਬਾਰੇ ਬਹੁਤ ਬਹੁਤ ਧੰਨਵਾਦ ਜੀ ਜੀ ਹਰਜਿੰਦਰ ਜੀ ਤੁਹਾਡਾ ਕਾਲ ਕਰਨ ਲਈ ਬਹੁਤ ਬਹੁਤ ਧੰਨਵਾਦ ਅਸੀਂ ਚਰਚਾ ਕਰਾਂਗੇ ਇਹਨਾਂ ਨਾਲ ਪਰ ਇੱਕ ਹੋਰ ਕਾਲਰ ਸਾਡੇ ਨਾਲ ਜੁੜ ਗਏ ਨੇ ਹਾਂਜੀ ਕਿੱਥੋਂ ਬੋਲ ਰਹੇ ਹੋ ਤੇ ਕੀ ਨਾਮ ਹੈ ਤੁਹਾਡਾ ਹੈਲੋ ਹਾਂਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਹੈ ਬੇਟਾ ਬਲ ਹਾਂਜੀ ਕਿੱਥੋਂ ਬੋਲ ਰਹੇ ਹੋ ਸਰ ਮੈਂ ਲੁਧਿਆਣਾ ਤੋਂ ਬੋਲ ਰਿਹਾ ਬੱਚੇ ਹਾਂਜੀ ਕੀ ਪੁੱਛਣਾ ਚਾਹੋਗੇ ਮੈਂ ਪੁੱਛਣਾ ਚਾਹੁੰਨਾ ਵੀ ਜਿਹੜੀ ਇਹ ਅંધ ਵਿਸ਼ਵਾਸ ਦਾ ਬੋਲਬਾਲਾ ਚੱਲਿਆ ਹੋਇਆ ਹੈ ਹਾਂਜੀ ਇਹ ਮਸਕੇ ਚਲਾਇਆ ਜਾਂਦਾ ਹੈ ਔਰ ਰਾਜਕਾਰ ਦਾ ਸ਼ਿਰਣੀ ਚਲਾਉਂਦੀ ਹੈ ਉਹਦੇ ਵਿੱਚ ਕਿਹੜੇ ਕਿਹੜੇ ਅਧਿਕਾਰੀ ਵਪਾਰੀ ਪੁਜਾਰੀ ਸੇ ਨੰਬਰ ਨਾਲ ਔਰ ਰੱਬ ਦਾ ਸੰਕਰਪ ਜਿਹੜਾ ਉਹਨਾਂ ਨੇ ਕ੍ਰੀਏਟ ਕੀਤਾ ਸਾਰੇ ਉਹਨਾਂ ਨੇ ਲੜ ਕੇ ਉਹ ਕਿਹੜਾ ਸੰਕਰਪ ਕ੍ਰੀਏਟ ਕੀਤਾ ਦਾ ਕਨਸੈਪਟ ਆਫ ਗੋਡ

ਇਹ ਮਹਾਗੰਭ ਦੇ ਤੌਰ ਤੇ ਸਾਡਾ ਮੇਲਾ ਬਣ ਗਿਆ ਅੱਜ ਹੁਣੇ ਵੇਖੋ 36 ਬੰਦੇ ਸਟੈਂਪੀਡ ਨਾਲ ਮਰ ਚੁੱਕੇ ਨੇ ਅੰਧਵਿਸ਼ਵਾਸ ਦੇ ਘੇਰੇ ਵਿੱਚ ਸਾਰਾ ਸੰਸਾਰ ਟੱਕਿਆ ਪਿਆ ਇਹਨਾਂ ਨੇ ਜਿਹੜੀ ਕੋਈ ਪਿਛਲੇ 15-20 ਸਾਲਾਂ ਦੇ ਵਿੱਚ ਅਸੀਂ ਕੋਈ ਮਾੜੀ-ਮੋਟੀ ਵੱਧਕ ਤੌਰ ਤੇ ਤਰੱਕੀ ਕੀਤੀ ਸੀ ਅੱਜ ਅਸੀਂ ਉਹਨਾਂ ਖਤਮ ਕਰ ਦਿੱਤਾ ਲੱਗਦਾ ਹੈ ਇਹਨਾਂ ਮੇਲੇ ਦੇ ਵਿੱਚ ਆ ਗਿਆ ਇਹ ਮੀਰ ਕਾਰਟੂਮ ਰਾਹ ਹਾਂਜੀ ਤੁਹਾਡਾ ਕਾਲ ਕਰਨ ਲਈ ਧੰਨਵਾਦ ਅਸੀਂ ਚਰਚਾ ਕਰਾਂਗੇ ਇਸ ਬਾਰੇ ਮੇਗਰਾਜ ਜੀ ਨਾਲ ਮੇਗਰਾਜ ਜੀ ਜਿਵੇਂ ਕਹਿ ਰਹੇ ਸੀ ਕਿ ਵਿਗਿਆਨ ਨੂੰ ਵੀ ਵਰਤਿਆ ਜਾ ਰਿਹਾ ਹੈ ਇਹਨਾਂ ਸਭ ਚੀਜ਼ਾਂ ਦੇ ਨਾਲ ਜੋੜਿਆ ਜਾ ਰਿਹਾ ਹੈ ਉਹਨੂੰ ਯੂਜ਼ ਕਰਕੇ ਲੋਕੀ ਅંધ ਵਿਸ਼ਵਾਸ ਫੈਲਾ ਰਹੇ ਨੇ ਬਿਲਕੁਲ ਜੀ ਜਿਵੇਂ ਇਹਨਾਂ ਨੇ ਗੱਲ ਕੀਤੀ ਸੀ ਪਹਿਲਾਂ ਕਾਲਰ ਸਾਹਿਬ ਨੇ ਬਈ ਸਾਇੰਸ ਜਿਹੜੇ ਜੋਤਸ ਨੂੰ ਇੱਕ ਸਾਇੰਸ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ ਜੋਸ਼ੀਆਂ ਡਿਗਰੀਆਂ ਦਿੱਤੀਆਂ ਜਾ ਰਹੀਆਂ ਨੇ ਯਾਨੀ ਕਿ ਜਾਣ ਬੁੱਝ ਕੇ ਸਰਕਾਰਾਂ ਇੱਥੇ ਆਉਂਦੀਆਂ ਨੇ ਤੇ ਉਹ ਇਹ ਸੋਚਦੀਆਂ ਨੇ ਵੀ ਲੋਕਾਂ ਦੀ ਮਤ ਕਿਵੇਂ ਮਾਰੀ ਜਾਵੇ ਲੋਕਾਂ ਦੀ ਮਤ ਮਾਰਨ ਲਈ ਫਿਰ ਉਹ ਇਸ ਕਿੰਨੀਆਂ ਚਾਲਾਂ ਚਲਦੀਆਂ ਨੇ ਤੇ ਜਿਹਦੇ ਨਾਲ ਸਾਡੇ ਲੋਕ ਹੈ ਹੋਰ ਜ਼ਿਆਦਾ ਗਮਰਾਹ ਹੋ ਜਾਂਦੇ ਨੇ ਅੱਜ ਯਾਨੀ ਕਿ ਬਹੁਤ ਸਾਰੇ ਬੰਦੇ ਐ ਜਿਹੜੇ ਕੋਈ ਰੱਖਸ਼ਾ ਕਵਚ ਖਰੀਦ ਰਿਹਾ ਕੋਈ ਤਵੀਦ ਪਾ ਰਿਹਾ ਕੋਈ ਕੁਝ ਪਾ ਰਿਹਾ ਹੈ ਇਹ ਸਿਰਫ ਅੰਧਵਿਸ਼ਵਾਸ ਕਰਕੇ ਹੈ ਵੀ ਲੋਕਾਂ ਨੂੰ ਜਾਣਬੁੱਝ ਕੇ ਅੰਧਵਿਸ਼ਵਾਸ ਹੈਡੇ ਵੇਚੇ ਜਾ ਰਹੇ ਨੇ ਇੱਥੇ ਹਾਂਜੀ ਮੇਗਰਾ ਜੀ ਘੋਰ ਸਰਜਨ ਸਾਡੇ ਨਾਲ ਜੁੜ ਗਏ ਨੇ ਹੈਲੋ ਕੀ ਨਾਏ ਤੁਹਾਡਾ ਕਿੱਥੋਂ ਬੋਲ ਰਹੇ ਹੋ ਮੈਡਮ ਜੀ ਮੈਂ ਰਵਿੰਦਰਪਾਲ ਸਿੰਘ ਬੋਲਦਾ ਹਾਂ ਧਰਮਕੋਟ ਤੋਂ ਹਾਂਜੀ ਗੁਰਿੰਦਰਪਾਲ ਜੀ ਕੀ ਪੁੱਛਣਾ ਚਾਹੋਗੇ ਮੈਡਮ ਅੱਗੇ ਜਿਵੇਂ ਤੁਸੀਂ ਗੱਲ ਕੀਤੀ ਵੀ ਅੱਗੇ ਤੇ ਆਪਾਂ ਗੱਲ ਕਰਦੇ ਸੀ ਵੀ ਅਨਪੜ੍ਹ ਮੰਦੇ ਹੀ ਵਹਿਮਾਂ ਭਰਮਾਂ 'ਚ ਪੈਂਦੇ ਆ ਹਾਂਜੀ 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 ਤੇ ਪਰ ਅੱਜ ਗੱਲ ਦੇਖ ਲੋ ਡਾਕਟਰ ਇੰਜੀਨੀਅਰ ਜਿੰਨੇ ਪੜੇ ਲਿਖੇ ਆ ਉਹ ਵੀ ਰੈਜ਼ਿਊਮੇ ਤੁਹਾਡੇ ਕੋਲ ਹੈ ਹਾਂਜੀ ਤੇ ਸਰਪੰਚ ਦੇ ਬਾਰੇ ਜਾਣਨਾ ਚਾਹੁੰਦੇ ਜੀ ਠੀਕ ਹਾਂਜੀ ਇਹ ਵੀ ਗੱਲ ਸਾਡੀ ਜਿਹੜੀ ਪੜ੍ਹਾਈ ਲਿਖਾਈ ਹੈ ਨਾ ਇਹਦਾ ਸਾਡੀ ਨਿੱਜੀ ਜ਼ਿੰਦਗੀ ਨਾਲ ਕੋਈ ਸਬੰਧ ਨਹੀਂ ਰੱਖਿਆ ਵਿਆ ਜੇ ਹੋਣੀ ਐਕਚੁਅਲੀ ਜਿਹੜੀ ਸਾਡੀ ਐਜੂਕੇਸ਼ਨ ਹੈ ਉਹਨੂੰ ਸਾਨੂੰ ਨਿੱਜੀ ਜ਼ਿੰਦਗੀ ਜਿਉਣ ਵਾਸਤੇ ਸਿਖਾਉਣ ਵਾਸਤੇ ਯਾਨੀ ਕਿ ਸਿੱਦਤ ਹੋਣੀ ਚਾਹੀਦੀ ਹੈ ਪਰ ਅੱਜ ਜਿੰਨੀ ਵੀ ਪੜ੍ਹਾਈ ਅਸੀਂ ਪੜ੍ਹਾ ਰਹੇ ਹਾਂ ਸਿਰਫ ਇਮਤਿਹਾਨਾਂ ਨੂੰ ਪਾਸ ਕਰਨ ਲਈ ਪੜ੍ਹੀ ਜਾ ਰਹੀ ਹੈ ਰੱਟਾ ਲਾਈਜ਼ੇਸ਼ਨ ਹੋ ਰਹੀ ਹੈ ਜੀ ਦਾ ਕੋਈ ਫਾਇਦਾ ਨਹੀਂ ਤੇ ਇਹ ਕਰਕੇ ਜਿੰਨਾ ਚਿਰ ਸਾਡੀਆਂ ਸਰਕਾਰਾਂ ਇਸ ਗੱਲ ਵੱਲੇ ਪਾਸੇ ਧਿਆਨ ਨਹੀਂ ਦਿੰਦੀਆਂ ਕਿ ਜਿਹੜੀ ਐਜੂਕੇਸ਼ਨ ਅਸੀਂ ਲੋਕਾਂ ਨੂੰ ਦੇਣੀ ਹੈ ਉਹ ਉਹਨਾਂ ਨੂੰ ਪ੍ਰੈਕਟੀਕਲ ਲਾਈਫ ਦੇ ਵਿੱਚ ਕਿਵੇਂ ਸਹਾਈ ਹੋਊਗੀ ਉਨਾ ਚਿਰ ਮੇਰੇ ਦੇਸ਼ ਦਾ ਖਿਆਲ ਨਹੀਂ ਹੋ ਸਕਦਾ। ਮਤਲਬ ਤੁਸੀਂ ਕਹਿਣਾ ਚਾ ਰਹੇ ਹੋ ਕਿ ਸਾਨੂੰ ਕੁਝ ਐਦਾ ਦੀ ਸਿੱਖਿਆ ਵੀ ਵਿੱਚ ਸ਼ਾਮਲ ਕਰਨੀ ਚਾਹੀਦੀ ਹੈ ਕਿ ਲੋਕਾਂ ਦੇ ਅੰਧਵਿਸ਼ਵਾਸ ਦੂਰ ਹੋ ਸਕਣ। ਹਾਂਜੀ ਬਿਲਕੁਲ। ਇੱਕ ਹੋਰ ਕਾਲਰ ਸਾਡੇ ਨਾਲ ਜੁੜ ਗਏ ਨੇ। ਹੈਲੋ ਹਾਂਜੀ ਕੀ ਨਾਮ ਹੈ ਤੁਹਾਡਾ? ਹੈਲੋ। ਹਾਂਜੀ ਕੀ ਨਾਮ ਹੈ ਤੁਹਾਡਾ ਕਿੱਥੋਂ ਬੋਲ ਰਹੇ ਹੋ? ਮੈਡਮ ਮੇਰਾ ਨਾਮ ਬਿੰਨੀ ਹੈ। ਅਬੋਰ ਤੋਂ ਬੋਲ ਰਹੀ ਹਾਂ। ਹਾਂਜੀ ਕੀ ਪੁੱਛਣਾ ਚਾਹੋਗੇ ਤੁਸੀਂ? ਮੈਡਮ ਮੈਂ ਇਹ ਪੁੱਛਣਾ ਚਾਹੁੰਦਾ ਜੀ ਮੈਂ ਤਾਂ ਰੱਬ ਨੂੰ ਮੰਨਣ ਵਾਲਾ ਬੰਦਾ ਹੈ। ਵੈਸੇ ਮੈਂ ਬਾਬੇ-ਬੂਬੇ ਦੇ ਵਿਸ਼ਵਾਸ ਨਹੀਂ ਕਰਦਾ ਕਿਸੇ ਵੀ ਚੀਜ਼ਾਂ ਦੇ ਜੀ। ਹਾਂਜੀ ਦੇਖੀ ਸਾਡੇ ਨਾਲ ਮੈਡਮ ਕੀ ਹੈ ਕਿ ਇੱਕ ਪਿੰਡ ਦੇ ਬੰਦੇ ਹੈ ਜੀ ਤੇ ਲੋਕ ਕਹਿੰਦੇ ਸੀ ਕਿ ਇਹ ਬੰਦਾ ਜਿਹਦੇ ਮੱਥੇ ਲੱਗਦੇ ਬਹੁਤ ਕੜਮਾ ਕੰਮ ਨਹੀਂ ਹੁੰਦਾ ਤੇ ਮੈਂ ਵਿਸ਼ਵਾਸ ਨਹੀਂ ਕਰਦਾ ਸੀਗਾ ਤੇ ਮੈਂ ਆਪ ਕੋ ਆਇਆ ਜੀ ਉਹ ਕਈ ਵਾਰੀ ਮੈਂ ਕੋਈ ਕੰਮ ਜੰਮਾਣਾ ਹੈ ਜੀ ਸਵੇਰ ਸਵੇਰ ਮੱਥੇ ਲੱਗ ਕੇ ਜੋ ਕੰਮ ਸਿਰੇ ਨਹੀਂ ਚੜਦਾ ਮੈਂ ਕੀ ਹੁੰਦਾ ਜੀ ਮੈਂ ਇਹ ਸਵਾਲ ਇਹਨਾਂ ਨਾਲ ਇਹਨਾਂ ਨਾਲ ਕਰਨਾ ਚਾਹਣਾ ਜੀ ਜਿਹਨਾਂ ਜਿਹੜੇ ਕਰਮੇ ਬੰਦੇ ਮੱਥੇ ਲੱਗਦੇ ਵਾਅਦਾ ਹੀ ਉਹ ਸੱਚ ਹੋ ਜਾਂਦਾ ਵੀ ਇਹ ਕੀ ਚੀਜ਼ ਹੈ ਜੀ ਦੇਖੋ ਜੀ ਗੱਲ ਇਹ ਹੈ ਇੱਕ ਮੇਰੇ ਦੇਸ਼ ਦੇ ਲੋਕਾਂ ਨੂੰ ਨਾ ਇੱਕ ਆਦਤ ਹੁੰਦੀ ਹੈ ਪੀ ਉਹ ਜਦੋਂ ਕੋਈ ਗੱਲ ਸਹੀ ਨਿਕਲ ਜਾਂਦੀ ਹੈ ਉਹਦਾ ਪ੍ਰਚਾਰ ਕੋਠੇ ਦੇ ਉੱਪਰ ਖੜ ਕੇ ਦੋਹੇ ਹੱਥ ਤਾਹਾਂ ਕਰਕੇ ਪ੍ਰਚਾਰ ਕਰਨਾ ਸ਼ੁਰੂ ਕਰ ਦਿੰਦੇ ਨੇ ਅਸੀਂ ਤਸਵੀਰ ਦਾ ਦੂਜਾ ਪਾਸਾ ਦੇਖਣ ਦੇ ਆਦੀ ਹੀ ਨਹੀਂ ਹੁੰਦੇ ਜਿੰਨੇ ਵਾਰ ਸਾਡਾ ਕੰਮ ਨਹੀਂ ਬਣਿਆ ਹੁੰਦਾ ਕਿਸੇ ਬੰਦਿਆਂ ਨੂੰ ਮੱਥੇ ਲੱਗਣ ਤੇ ਉਹ ਗੱਲਾਂ ਸਾਡੇ ਯਾਦ ਰਹਿ ਜਾਂਦੇ ਨੇ ਜਦੋਂ ਸਾਡੇ ਕੰਮ ਬਣੇ ਹੁੰਦੇ ਨੇ ਉਹਨਾਂ ਬੰਦਿਆਂ ਦੇ ਮੱਥੇ ਲੱਗਣ ਦੇ ਉੱਪਰ ਉਹਨਾਂ ਨੂੰ ਅਸੀਂ ਫਰੋਲਦੇ ਨਹੀਂ ਉਹਨਾਂ ਨੂੰ ਅਸੀਂ ਕਿਸੇ ਨੂੰ ਦੱਸਦੇ ਵੀ ਨਹੀਂ ਦੱਸਦੇ ਕੀ ਹੈ ਸਿਰਫ 네ਗੇਟਿਵ ਪੱਖਾ ਸਾਡੀ ਸੋਸਾਇਟੀ ਇਸ ਤਰ੍ਹਾਂ ਹੀ ਗਮਰਾਹ ਹੁੰਦੀ ਰਹਿੰਦੀ ਹੈ ਜੇ ਕਿਸੇ ਬਾਬੇ ਕੋਲ ਕੋਈ ਵਿਅਕਤੀ ਗਿਆ ਤੇ ਉਹਦਾ ਕੰਮ ਬਣ ਗਿਆ ਉਹ ਤਾਂ ਸਭ ਨੂੰ ਦੱਸੂਗਾ ਵੀ ਮੇਰਾ ਕੰਮ ਬਣ ਗਿਆ ਮੈਂ ਫਰਮ ਕਰਨੇ ਬਾਬੇ ਕੋਲ ਗਿਆ ਸੀ ਪਰ ਜਿਹੜੇ 95 ਕੰਮ ਜਿੰਨਾਂ ਦੇ ਨਹੀਂ ਹੋਏ ਹੁੰਦੇ ਉਹ ਕਦੇ ਨਹੀਂ ਮੇਰੇ ਲੋਕਾਂ ਨੂੰ ਦੱਸਦੇ ਇਹ ਸਰਕੇ ਸਾਡੇ ਅੰਧਵਿਸ਼ਵਾਸ ਅੜੇ ਦਿਨ ਦਿਨ ਵੱਧ ਰਹੇ ਨੇ ਤੁਸੀਂ ਗੱਲ ਕੀਤੀ ਹੈ ਸਾਧ ਸੰਤਾ ਦੀ ਤੇ ਇੱਕ ਜਿਵੇਂ ਇਹ ਵੀ ਕਿਹਾ ਜਾਂਦਾ ਹੈ ਕਿ ਕਈਆਂ ਦੇ ਵਿੱਚ ਦੇਵੀ ਆ ਜਾਂਦੀ ਹੈ ਇਹ ਵੀ ਕੁਝ ਸੱਚ ਹੁੰਦਾ ਹੈ ਦੇਖੋ ਮੈਡਮ ਜੀ ਮੈਂ ਜਾਨੀ ਕਿ ਇਹ ਗੱਲ ਕਹਿਣ ਤੋਂ ਗਰੇਜ਼ ਨਹੀਂ ਕਰਦਾ ਵੀ ਸਾਈਕਲੋਜੀਕਲ ਇਫੈਕਟ ਜਿਹੜੇ ਮਾਨਸਿਕ ਪ੍ਰਭਾਵ ਹੈ ਬੰਦੇ ਦੇ ਉੱਪਰ ਪੈਂਦੇ ਰਹੇ ਬੰਦੇ ਦਾ ਮਨ ਹੈ ਜਿਹੜਾ ਬਾਹਰੀ ਪ੍ਰਭਾਵਾਂ ਨੂੰ ਕਰ ਬੋਲਦਾ ਹੈ ਜੇ ਕਿਸੇ ਵਿਅਕਤੀ ਨੂੰ ਆਪਾਂ ਆਮ ਵਿਅਕਤੀ ਨੂੰ ਵੀ ਕਹਿ ਦਈਏ ਵੀ ਭਾਈ ਤੂੰ ਸਟੇਜ ਦੇ ਉੱਪਰ ਜਾ ਕੇ ਲੈਕਚਰ ਦੇਣਾ ਤਾਂ ਉਸ ਵਿਅਕਤੀ ਨੇ ਮੈਂ ਦੇਖਿਆ ਲਤਾਂ ਕੰਬਣ ਲੱਗ ਜਾਂਦੀਆਂ ਨੇ ਤੇ ਜ਼बान ਐੜੀ ਹੜੜਾਉਣ ਲੱਗ ਜਾਂਦੀ ਹੈ ਕੀ ਉਹਦੇ ਵਿੱਚ ਕੋਈ ਅਸਰ ਆ ਗਿਆ ਹੁੰਦਾ ਹੈ ਨਹੀਂ ਸਿਰਫ ਇੱਕ ਸਾਈਕੋਲੋਜੀਕਲ ਆਲੇ ਦੁਆਲੇ ਦਾ ਪ੍ਰਭਾਵ ਪੈ ਗਿਆ ਹੁਣ ਜਦੋਂ ਕੋਈ ਵਿਅਕਤੀ ਬਿਮਾਰ ਹੋ ਜਾਂਦਾ ਤਾਂ ਸਾਡਾ ਆਲਾ ਦੁਆਲਾ ਪਤਾ ਲੈਣ ਆਉਂਦਾ ਜਦੋਂ ਉਹ ਉਹਨੂੰ ਕਹਿਣਾ ਸ਼ੁਰੂ ਕਰਨ ਲੱਗ ਜਾਂਦਾ ਵੀ ਇਹਨੂੰ ਤਾਂ ਕਸਰ ਹੋ ਗਈ ਜੀ ਇਹਨੂੰ ਤਾਂ ਕਸਰ ਹੋ ਗਈ ਤੇ ਉਹ ਵਿਅਕਤੀ ਜਿਹੜਾ ਫਿਰ ਉਹ ਮੇਕਰ ਦਰੋਂ ਲੱਗ ਜਾਂਦਾ ਸਾਡੀ ਸੰਸਥਾ ਨੇ ਪਿਛਲੇ 28 ਵਰਿਆਂ ਚੋਂ 45000 ਤੋਂ ਅਜੇ ਵੱਧ ਕਸਰਾਂ ਵਾਲੇ ਕੇਸ ਜਿਹੜੇ ਹੱਲ ਕੀਤੇ ਨੇ ਪਰ ਅਸੀਂ ਕਿਸੇ ਦੇ ਵਿੱਚੋਂ ਵੀ ਅੱਜ ਤੱਕ ਕੋਈ ਭੂਤ ਪ੍ਰੇਤ ਨਹੀਂ ਕੱਢੀ ਸਿਰਫ ਉਹਨਾਂ ਦੇ ਵਿਸ਼ਵਾਸ ਨੂੰ ਖਤਮ ਕੀਤਾ ਹੈ ਅਸੀਂ ਆਪਣੇ ਤਜਰਬੇ ਚ ਇਹ ਜਾਣਿਆ ਸੀ ਕਿ ਜਿਹੜੇ ਲੋਕ ਭੂਤਾਂ ਪ੍ਰੇਤਾਂ ਨੂੰ ਨਹੀਂ ਸੀ ਮੰਨਦੇ ਉਹਨਾਂ ਦੇ ਵਿੱਚ ਕਦੇ ਕਿਸੇ ਨੂੰ ਕੋਈ ਕਸਰ ਨਹੀਂ ਹੋਈ ਸਿਰਫ ਕਸਰਾਂ ਕਿਨਾਂ ਨੂੰ ਹੁੰਦੀਆਂ ਨੇ ਜਿਹੜੇ ਵਿਅਕਤੀ ਇਹਨਾਂ ਗੱਲਾਂ 'ਚ ਯਕੀਨ ਕਰਦੇ ਨੇ ਵਿਸ਼ਵਾਸ ਕਰਦੇ ਨੇ ਇਹ ਸਰਕੇ ਸਾਡੀ ਸਾਇਟੀ ਇਹਨਾਂ ਗੱਲਾਂ 'ਚ ਵਿਸ਼ਵਾਸ ਤੋੜਦੀ ਹੈ ਮੇਰਾ ਇਹ ਦਾਵਾ ਹੈ ਇੱਥੇ ਵੀ ਸੈਟਿੰਗ ਜਿਹੜਾ ਵੀ ਵਿਅਕਤੀ ਕੋਈ ਪੰਜ ਚਾਰ ਕਿਤਾਬਾਂ ਪੜ੍ਹ ਲੈਂਦਾ ਜਿਹੜੇ ਪਰਿਵਾਰ 'ਚ ਚਲਿਆ ਜਾਂਦਾ ਹੈ ਤਾਂ ਉਹਨਾਂ ਪਰਿਵਾਰਾਂ 'ਚ ਇਹ ਕਸਰਾਂ ਵਗੈਰਾ ਦਾ سلسلہ ਸਦਾ ਲਈ ਖਤਮ ਹੋ ਚੁੱਕਿਆ ਸਾਨੂੰ ਇਹ ਵੀ ਯਾਦ ਹੈ ਜਦੋਂ 27-22 ਸਾਲ ਪਹਿਲਾਂ ਅਸੀਂ ਇਹ ਲਹਿਰ ਸ਼ੁਰੂ ਕੀਤੀ ਸੀ ਸਾਡੇ ਘਰ ਆ ਜਿਹੜੇ ਇੰਨਾ ਕੇਸਾਂ ਨਾਲ ਭਰੇ ਰਹਿੰਦੇ ਸੀ ਪਰ ਅੱਜ ਸਾਡੇ ਕੋਲ ਕੋਈ ਕੇਸ ਨਹੀਂ ਆਉਂਦਾ ਬਹੁਤ ਘੱਟ ਕੇਸ ਜਿਹਾਉਂਦੇ ਨੇ ਹਾਂ ਜੀ ਤੁਸੀਂ ਵਿਸ਼ਵਾਸ ਨੂੰ ਖਤਮ ਕਰਨ ਦੀ ਗੱਲ ਕਹਿ ਰਹੇ ਹੋ ਸੀ ਲੋਕਾਂ ਦੇ ਵਿੱਚ ਜਿਹੜਾ ਵਿਸ਼ਵਾਸ ਹੈਗਾ ਉਹ ਖਤਮ ਕਰਨ ਦੀ ਸਾਨੂੰ ਲੋੜ ਹੈ ਇਸ ਤੋਂ ਇਲਾਵਾ ਪਰ ਇਹ ਹੈ ਕਿ ਰੱਬ ਦੀ ਹੋਣ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਕਿਤੇ ਨਾ ਕਿਤੇ ਤਾਂ ਕੁਝ ਨਾ ਕੋਈ ਚੀਜ਼ ਤਾਂ ਹੈਗੀ ਹੈ ਇਸ ਬਾਰੇ ਤੁਹਾਡਾ ਕੀ ਵਿਚਾਰ ਹੈ ਦੇਖੋ ਜੀ ਸਾਰੀ ਦੁਨੀਆ ਐੜੀ ਉਹ ਸਾਰਾ ਬ੍ਰਹਿਮੰਡ ਹੈੜਾ ਉਹ ਵਿਗਿਆਨ ਦੇ ਨਿਯਮਾਂ ਅਨੁਸਾਰ ਚੱਲ ਰਿਹਾ ਹੈ ਲਗਭਗ 4 ਫੰਡਾਮੈਂਟਲ ਯਾਨੀ 4 ਨਿਯਮ ਨੇ ਸਾਇੰਸ ਦੇ ਜਿੰਨਾ ਦੇ ਤਹਿਤ ਇਹ ਸਾਰੀ ਸ੍ਰਿਸ਼ਟੀ ਜਿਹੜੀ ਗਵਨ ਹੋ ਰਹੀ ਹੈ ਜਿਹਦੇ ਵਿੱਚੋਂ ਇੱਕ ਨਿਜਮੜਾ ਉਹ ਮਗਰੂਤਾ ਕਰਸਨ ਦਾ ਨਿਜਮ ਕਹਿ ਸਕਦੇ ਆ ਧਰਤੀ ਹੈ ਜਾਂ ਦੂਸਰੀਆਂ ਵਸਤੂਆਂ ਨੇ ਜਿਹੜੀਆਂ ਦੂਸਰੀਆਂ ਵਸਤੂਆਂ ਨੂੰ ਆਪਣੇ ਵੱਲ ਖਿੱਚਤੀਆਂ ਨੇ ਐਵੇਂ ਜਿੱਕਰੀ ਇੱਕ ਨਿਜਮ ਹੁੰਦਾ ਹੈ ਨਿਊਕਲੀਅਰ ਫਿਜੀਨ ਕਹਿ ਸਕਦੇ ਆ ਫਿਜੀਨ ਕਹਿ ਸਕਦੇ ਆ ਇਹ ਇਸ ਤਰ੍ਹਾਂ ਦੇ ਚਾਰ ਲਾਜ ਨੇ ਜਿੰਨਾ ਦੇ ਤਹਿਤ ਪੂਰੀ ਸ੍ਰਿਸ਼ਟੀ ਗਵਨ ਹੋ ਰਹੀ ਹੈ ਸਾਡੀ ਸੰਸਥਾ ਜਿਹੜੀ ਉਹੋ ਪਰਮਾਤਮਾ ਦੀ ਹੋਣ ਦੇ ਵਿੱਚ ਯਕੀਨ ਨਹੀਂ ਕਰਦੇ ਪਰ ਅਸੀਂ ਲੋਕਾਂ 'ਚ ਯਕੀਨ ਕਰਦੇ ਆ ਅਸੀਂ ਮੈਂ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਵੀ ਗਿਆ ਮੈਂ ਲੋਕਾਂ ਨੂੰ ਕੁਐਸਚਨ ਕੀਤੇ ਆ ਵੀ ਦੁਨੀਆ ਦੇ ਵਿੱਚ ਕਿਸੇ ਇੱਕ ਵਿਅਕਤੀ ਨੂੰ ਕੋਈ ਪਰਮਾਤਮਾ ਦੇ ਦਰਸ਼ਨ ਹੋਏ ਹੋਣ ਸਾਡੇ ਸਾਹਮਣੇ ਪੇਸ਼ ਤਾਂ ਕਰ ਦਿਓ ਜੇ ਉਹਦੀ ਗੱਲ ਵਿੱਚ ਸਾਨੂੰ ਸੱਚਾਈ ਲੱਗੀ ਆ ਸਾਡੀ ਸੰਸਥਾ ਵੀ ਪਰਮਾਤਮਾ ਦੇ ਚਿੱਤ ਯਕੀਨ ਕਰਨ ਲੱਗ ਜਾਵੇਗੀ ਮੇਗਰਾ ਜੀ ਚਰਚਾ ਜਾਰੀ ਰੱਖਾਂਗੇ ਪਰ ਇੱਕ ਹੋਰ ਕਾਲਰ ਸਾਡੇ ਨਾਲ ਜੁੜ ਗਏ ਨੇ ਹੈਲੋ ਕੀ ਨਾ ਆਇਆ ਤੁਹਾਡਾ ਕਿਥੋਂ ਬੋਲ ਰਹੇ ਹੋ ਹਾਂਜੀ ਮੈਮ ਮੈਂ ਮਨਜੀਤ ਸਿੰਘ ਬੋ ਰਹਾ ਹਾਂ ਹਾਂਜੀ ਮਨਜੀਤ ਸਿੰਘ ਜੀ ਕੀ ਪੁੱਛਣਾ ਚਾਹੋਗੇ ਅੱਛਾ ਮੈਮ ਇਹ ਜੋ ਵਿਸ਼ਾ ਰੱਖਿਆ ਬਹੁਤ ਬੜੀਆ ਲੇਕਿਨ ਜਿਵੇਂ ਇਸ ਤਰ੍ਹਾਂ ਕੋਈ ਕਈ ਲੋਕ ਬੋਲਦੇ ਤੇ ਆ ਕਿ ਹਮਾਰੇ ਇਸ ਮੰਦਰ ਮੇ ਆਓ ਜਾਂ ਇਸ ਮੇ ਜਗਾ ਪੇ ਆਓ ਆਪੇ ਇੱਕ ਬੱਕਰਾ ਲੈ ਕੇ ਆਜੋ ਉਸ ਦੀ ਬਲੀ ਦੇ ਨਹੀਂ ਹੈ ਉਸ ਕੇ ਬਾਦ ਆਪਕਾ ਜੇ ਘਰਕਠੀ ਹੋ ਜਾਏਗਾ ਕਿ ਕੋਈ ਮੁਰਗਾ ਲੈ ਕੇ ਆਜੋ ये मतलब पूरा अंधविश्वास तो है आज तक हमने देखा है कि किसी की जान लेके या जा फिर अपना कोई काम सिद्ध हो जाए इस तरह का हम आज तक हमने देखा नहीं तो क्या ये बिल्कुल अंधविश्वास तो है मैम ठीक है मंजीत सिंह जी चर्चा करेंगे पर एक और कॉलर साडे जुड़ गए ने हेलो की नाए है तो हड़ा किथों बोल रहे हो हेलो हां जी की नाए है तोडा नाम है राजवेंद्र पंडित दुफे वाले से तो बोल रहे हैं किथों बोल रहे हो दुफे वाले से हां जी की पूछना चाहोगे तुसी ਆ ਜਿਹੜੇ ਸਾਸਨ ਚਲੇ ਹੁੰਦੇ ਆ ਇਹਨਾਂ ਵਾਰੇ ਵੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਆ ਤੁਸੀਂ ਆਪਣਾ ਸਵਾਲ ਦੁਹਰਾ ਸਕਦੇ ਹੋ ਹਾਂਜੀ ਆ ਕਿਹੜੇ ਕਾਨੂੰਨ ਸਾਸਨ ਤੇ ਇਕੜੇ ਹਾਂਜੀ ਆਖੜੇ ਕਾਨੂੰਨੀ ਇਹਨਾਂ ਵਾਰੇ ਕਾਰਵਾਈ ਕਰਨੀ ਚਾਹੀਦੀ ਜਿੰਨੇ ਕੋਈ ਤੇ ਦੂਜੀ ਗੱਲ ਇਹ ਜਿਹੜੇ ਪਿੰਟ ਆਜ ਹੁੰਦੇ ਆ ਜੀ ਠੀਕ ਹੈ ਜੀ ਆਖੜੇ ਹਾਂਜੀ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਕਾਲ ਕਰਨ ਲਈ ਅਸੀਂ ਜਾਣਨੇ ਮੇਗਰਾਜੀ ਤੋਂ ਕਹਿ ਰਹੇ ਕਿ ਜਿਵੇਂ ਸਾਧ ਸੰਧ ਹੁੰਦੇ ਇਹਨਾਂ ਦੇ ਖਿਲਾਫ ਕਦੇ ਕੋਈ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਆ ਹਾਂਜੀ ਕਾਨੂੰਨੀ ਕਾਰਵਾਈ ਹਿੰਦੁਸਤਾਨ ਦੇ ਕਾਨੂੰਨਮਨ ਉਤਾਕ ਕੀਤੀ ਤਾਂ ਜਾ ਸਕਦੀ ਹੈ ਜੀ ਪਰ ਕਰਨਾ ਕਰਨੀ ਕਿ ਨਹੀਂ ਹੈ ਇਹ ਇੱਥੋਂ ਦੀਆਂ ਸਰਕਾਰਾਂ ਦੇ ਬਸ ਵਿੱਚ ਹੁੰਦਾ ਹੈ ਤੇ ਪਰ ਇੱਥੋਂ ਦੀਆਂ ਸਾਡੀਆਂ ਸਰਕਾਰਾਂ ਤਾਂ ਇਹਨਾਂ ਨੂੰ ਸੱਦ ਕੇ ਕਿਸੇ ਨੂੰ 60 ਕਿੱਲੇ ਜ਼ਮੀਨ ਦੇ ਦਿੰਦੀਆਂ ਨੇ ਕਿਸੇ ਨੂੰ 50 ਲੱਖ ਰੁਪਏ ਦੀ ਗ੍ਰਾਂਟ ਦੇ ਦਿੰਦੀਆਂ ਨੇ ਇਹ ਤਾਂ ਇਨ੍ਹਾਂ ਦੇ ਸਿਰ ਤੇ ਕਿਉਂਕਿ ਵੋਟਾਂ ਤੇ ਜਿੱਥੋਂ ਨੋਟਾਂ ਦਾ ਸਵਾਲ ਹੈ ਇਨ੍ਹਾਂ ਦਾ ਗੂੜਾ ਰਿਸ਼ਤਾ ਹੁੰਦਾ ਹੈ ਇਨ੍ਹਾਂ ਸਾਧਾਂ ਸੰਤਾਂ ਰਿਸਿਆਂ ਦੇ ਹੱਥਾਂ ਦੇ ਵਿੱਚ ਵੋਟਾਂ ਹੁੰਦੀਆਂ ਨੇ ਤੇ ਸਾਡੇ ਲੀਡਰਾਂ ਨੂੰ ਵੋਟਾਂ ਚਾਹੀਦੀਆਂ ਹੁੰਦੀਆਂ ਨੇ ਤੇ ਇਹ ਸਰਕੇ ਹੋ ਨੋਟਾਂ ਤੇ ਵੋਟਾਂ ਦੇ ਇਸ ਚਰ ਲੋਕਾਂ ਨੂੰ ਲਿਆ ਦਿੰਦੇ ਨੇ ਇਸ ਸਰਕਾਰ ਕੋਈ ਕਾਰਵਾਈ ਨਹੀਂ ਹੁੰਦੀ ਸਾਨੂੰ ਲੋੜ ਹੈਗੀ ਹੈ ਜਿਹਦੇ ਤਹਿਤ ਇਹਨਾਂ ਨੂੰ ਵੀ ਕਾਬੂ ਕੀਤਾ ਜਾ ਸਕੇ ਤੇ ਇਸ ਤੋਂ ਬੱਲੇ ਇੱਕ ਕਾਲਰ ਸੀ ਜਿਨ੍ਹਾਂ ਨੇ ਗੱਲ ਕੀਤੀ ਸੀ ਕਿ ਬਲੀ ਦਿੱਤੀ ਜਾਂਦੀ ਹੈ ਤੇ ਉਸ ਉਹਦੇ ਨਾਲ ਕਹਿੰਦੇ ਨੇ ਕਿ ਇਹਦੀ ਇਸ ਪਸ਼ੂ ਦੀ ਬਲੀ ਦੇ ਦੋਤੇ ਤੁਹਾਡਾ ਇਹ ਕੰਮ ਬਣ ਜੂਗਾ ਤੇ ਇਹ ਕਿ ਇਹਨਾਂ ਚੀਜ਼ਾਂ ਦੀ ਪ੍ਰਾਪਤੀ ਹੋ ਸਕਦੀ ਹੈ ਗੱਲ ਤਾਂ ਇਸ ਤਰ੍ਹਾਂ ਮੈਡਮ ਜੀ ਵੀ ਮੈਂ ਪਹਿਲਾਂ ਵੀ ਗੱਲ ਕਰ ਚੁੱਕਿਆ ਹਾਂ ਵੀ ਜਿੰਨਾ ਚਿਰ ਲੋਕ ਕਾਰਨ ਤੇ ਕਾਜ ਦਾ ਸੰਬੰਧ ਜੋੜਨਾ ਨਹੀਂ ਸਕਦੇ ਵੀ ਕਿਸੇ ਗੱਲ ਕਰਨ ਨਾਲ ਕੀ ਉਹਦਾ ਇਫੈਕਟ ਹੋ ਸਕਦਾ ਉਹਨਾਂ ਚਿਰ ਇਹ ਅੰਧਵਿਸ਼ਵਾਸ ਕਾਇਮ ਰੱਖਣਗੇ ਬਲੀਆਂ ਵਿਚਾਰੇ ਜਾਨਵਰਾਂ ਨੂੰ ਮਾਰਨ ਨਾਲ ਕੋਈ ਕੰਮ ਹੋ ਜਾਂਦਾ ਮੇਰੀ ਤਾਂ ਸਮਝ ਨਹੀਂ ਆਉਂਦਾ ਵੀ ਇਹ ਹੋਊ ਕਿਵੇਂ ਕਿਉਂਕਿ ਜਦੋਂ ਕਾਰਨੀ ਜਿੰਨਾ ਚਿਰ ਜੇ ਅਸੀਂ ਕੋਈ ਕੰਮ ਕਰਨਾ ਚਾਹੁੰਦੇ ਆ ਤਾਂ ਉਸ ਦੀ ਸਾਰੀ ਬਿਉਤਬੰਦੀ ਕਰਦੇ ਆ ਜੇ ਬਿਉਂਤਬੰਦ ਜੇ ਕੰਮ ਉਹ ਫੇਲ ਹੁੰਦਾ ਸਾਡੀ ਬਿਉਂਤਬੰਦੀ ਚ ਕਿਤੇ ਨੁਕਸ ਹੁੰਦਾ ਏ ਸਰ ਕੇ ਫੇਲ ਹੁੰਦਾ ਹੋਰ ਤਾਂ ਕੋਈ ਕਾਰਨ ਹੁੰਦਾ ਨਹੀਂ ਜੀ ਜਿਵੇਂ ਪਹਿਲਾਂ ਇੱਕ ਕੋਲਰ ਨੇ ਵੀ ਸਾਨੂੰ ਕਿਹਾ ਕਿ ਕਿ ਆ ਜਾਂਦਾ ਸੀ ਪਿੰਡਾਂ ਦੇ ਵਿੱਚ ਹੀ ਜਿਹੜੇ ਸਿਰਫ ਹੈਗੇ ਇਹ ਟੂਨੇਟ ਮਾਣੇ ਜਾਂ ਫਿਰ ਇਹਨਾਂ ਦੇ ਅਧਿਵਿਸ਼ਵਾਸ ਨੇ ਪਰ ਕਿਹਾ ਪਹਾੜੀ ਇਲਾਕਿਆਂ ਦੇ ਵਿੱਚ ਵੀ ਇਹ ਸਭ ਬਹੁਤ ਕੁਝ ਦੇਖਣ ਨੂੰ ਮਿਲਦਾ ਉੱਥੇ ਭੂਤਾਂ ਪ੍ਰੇਤਾਂ ਬਾਰੇ ਵੀ ਬਹੁਤ ਚਰਚਾ ਰਹਿੰਦੀ ਕਿ ਇੱਥੇ ਸ਼ਾਇਦ ਭੂਤ ਪ੍ਰੇਤ ਜੰਗਲਾਂ ਦੇ ਵਿੱਚ ਬਹੁਤ ਜ਼ਿਆਦਾ ਰਹਿੰਦੇ ਨੇ ਹੂੰ ਮੈਟਰੀ ਇਹ ਭੂਤਾਂ ਪ੍ਰੇਤਾਂ ਦੇ ਹੋਂਦ ਹੋ ਹੀ ਨਹੀਂ ਸਕਦੀ ਕਿਉਂਕਿ ਕੋਈ ਵੀ ਵਿਚਾਰ ਹੈ ਕੋਈ ਵੀ ਨੌਲੇਜ ਹੈ ਕੋਈ ਵੀ ਗਿਆਨ ਹੈ ਉਹ ਪਦਾਰਥ ਦੇ ਵਿੱਚ ਹੀ ਰਹਿ ਸਕਦਾ ਹੈ ਪਦਾਰਥ ਤੋਂ ਬਗੈਰ ਇਹਦੀ ਐਗਜ਼ਿਸਟੈਂਸ ਨਹੀਂ ਹੋ ਸਕਦੀ ਪਦਾਰਥ ਦਾ ਬਲਕੇ ਵਿਚਾਰ ਗਿਆਨ ਗੁਣ ਪਦਾਰਥ ਦਾ ਗੁਣਾ ਹੈ ਇਹ ਇੱਕ ਕਿਉਂਕਿ ਜੇ ਜਾਨਕਿ ਇਹ ਅੱਜ ਕੱਲ ਤਾਂ ਸਾਇੰਸ ਦਾ ਨਾਲ ਨੇ ਸਿੱਧ ਕਰ ਦਿੱਤਾ ਹੈ ਵੀ ਸਾਡੇ ਬ੍ਰੇਨ ਦੇ ਵਿੱਚ ਜੋ ਐਕਟੀਵਿਟੀਜ਼ ਹੁੰਦੀਆਂ ਨੇ ਉਹ ਇੱਕ ਕੈਮੀਕਲ ਤੇ ਇਲੈਕਟ੍ਰੀਕਲ ਰਿਐਕਸ਼ਨ ਜਨੇ ਜਿਹੜੇ ਸਾਡੇ ਦਿਮਾਗ ਦੇ ਵਿੱਚ ਹੁੰਦੇ ਨੇ ਇਹ ਸਰਕੇ ਕੋਈ ਵੀ ਵਿਚਾਰ ਅ ਅੱਗੇ ਜਾਣ ਲਈ ਕਿਸੇ ਥਾਂ ਤੇ ਇੱਕ ਥਾਂ ਤੋਂ ਦੂਜੀ ਥਾਂ ਤੇ ਜਾਣ ਲਈ ਵੀ ਰਾਸਤੇ 'ਚ ਕਿਸੇ ਮੈਟਰ ਰਾਹੀਂ ਹੋ ਜਾਊਗਾ ਉਹ ਕਿਸੇ ਪਦਾਰਥ ਰਾਹੀਂ ਹੋ ਜਾਊਗਾ ਪਦਾਰਥ ਤਾਂ ਵਗੈਰੇ ਦੀ ਐਗਜ਼ਿਸਟੈਂਸ ਰਹਿ ਹੀ ਨਹੀਂ ਸਕਦੀ ਹੈ ਨਹੀਂ ਜਿਵੇਂ ਅਸੀਂ ਦੇਖਿਆ ਵੀ ਆਮ ਲੋਕ ਤਾਂ ਗੱਲ ਨੂੰ ਇਸ ਨੂੰ ਸਮਝ ਨਹੀਂ ਸਕਦੇ ਵੀ ਆਮ ਲੋਕਾਂ ਨੇ ਕਲੀ ਦੇਖੀ ਹੁੰਦੀ ਹੈ ਪਾਣੀ ਦੇਖਿਆ ਹੁੰਦਾ ਕਲੀ ਦੇ ਵਿੱਚ ਕੋਈ ਪਹਿਲਾਂ ਹਰਕਤ ਨਹੀਂ ਹੁੰਦੀ ਪਰ ਜਦੋਂ ਕਲੀ ਨੂੰ ਪਾਣੀ ਵਿੱਚ ਪਾ ਦਿੰਦਾ ਉਹਦੇ ਚ ਗਰਮੀ ਵੀ ਪੈਦਾ ਹੋਣੀ ਸ਼ੁਰੂ ਹੋ ਜਾਂਦੀ ਹੈ ਉਹਦੇ ਚ ਹਰਕਤ ਵੀ ਪੈਦਾ ਹੋਣੀ ਸ਼ੁਰੂ ਹੋਣੇ ਆ ਉਹਦੇ ਆਵਾਜ਼ ਵੀ ਆਉਣੀ ਸ਼ੁਰੂ ਹੋ ਜਾਂਦੀ ਹੈ ਇਹ ਗੁਣ ਕਿੱਥੇ ਸੀ ਇਹ ਪਦਾਰਥ ਦੇ ਵਿੱਚ ਸੀ ਐਵੇਂ ਜਿਹ ਕਰੀ ਪਦਾਰਥ ਦਾ ਇਹ ਗੁਣਾ ਹੈ ਇਹ ਸਰਕੇ ਭੂਤਾਂ ਪ੍ਰੇਤਾਂ ਦਾ ਜੇ ਕੋਈ ਬੰਦਾ ਕਹਿੰਦਾ ਉਹ rau ਕਹਿੰਦਾ ਹੈ ਗਲਤ ਕਹਿੰਦਾ ਹੈ ਸਾਡੀ ਸੰਸਥਾ ਇਸ ਗੱਲ ਵਾਸਤੇ 1 ਕਰੋੜ ਰੁਪਏ ਦਾ ਨਾਮ ਦਿੰਦੀ ਹੈ ਵੀ ਅਸੀਂ ਪੈਨ 1 ਇੰਚ ਦਾ ਇੱਕ ਜਗ੍ਹਾ ਤੇ ਰੱਖ ਦਾਂਗੇ ਇਹਨੂੰ ਚੁਕਾ ਕੇ 1 ਇੰਚ ਦੂਰ ਕਰ ਦਵੇ ਕੋਈ ਵਿਅਕਤੀ ਭੂਤ ਪ੍ਰੇਰਤ ਤੋਂ ਕਰਵਾ ਦਵੇ ਇਸ ਗੱਲ ਵਾਸਤੇ ਕਰੋੜ ਰੁਪਏ ਨਾਮ ਦਿੰਦੀ ਹੈ ਜੇ ਇਹ ਗੱਲ ਪੋਸੀਬਲ ਹੋਈ ਤਾਂ ਸਾਡੀ ਅਸੀਂ ਫੋਰਸ ਨੂੰ ਕਿਵੇਂ ਟਾਈਂਡ ਕਰਾਂਗੇ ਸਾਡੇ ਬਾਲੀ ਪ੍ਰਭਾਸਾ ਕੀ ਹੋਊਗੀ ਜੇ ਬਾਲੀ ਪ੍ਰਭਾਸਤ ਨਹੀਂ ਹੁੰਦਾ ਸਾਇੰਸ ਕਿੱਥੋਂ ਅਜੈਸਟ ਕਰੂਗੀ ਸਾਰੀ ਸਾਇੰਸ ਫੇਲ ਹੋ ਜਾਊਗੀ ਮੇਗਰਾ ਜੀ ਇੱਕ ਚਰਚਾ ਦਾ ਵਿਸ਼ਾ ਜਿਹੜਾ ਹੈ ਬਹੁਤ ਵੱਡਾ ਹੈ ਤੇ ਤੁਹਾਨੂੰ ਕਾਲਸ ਵੀ ਬਹੁਤ ਆ ਰਹੀਆਂ ਨੇ ਪਰ ਸਮਾਂ ਬੱਧ ਹੋਣ ਕਾਰਨ ਸਾਨੂੰ ਆਪਣਾ ਸ਼ੋਅ ਇੱਥੇ ਖਤਮ ਕਰਨਾ ਪਏਗਾ ਅਸੀਂ ਆਪਣੇ ਦਰਸ਼ਕਾਂ ਤੋਂ ਮਾਫੀ ਚਾਹੁੰਦੇ ਜਿਨ੍ਹਾਂ ਦੇ ਅਸੀਂ ਕਾਲ ਨਹੀਂ ਲੈ ਸਕੇ ਤੇ ਅੱਜ ਦਾ ਸ਼ੋਅ ਅਸੀਂ ਇੱਥੇ ਖਤਮ ਕਰਦੇ ਆ ਪਰ ਉਸ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਤੁਸੀਂ ਇਸ ਸ਼ੋਅ ਦੇ ਬਾਰੇ ਆਪਣੀ ਰਾਏ ਦੇ ਸਕਦੇ ਹੋ editor@dayandnightnews.com ਤੇ ਜੇ ਤੁਸੀਂ ਇਸ ਸ਼ੋਅ ਨੂੰ ਹੋਰ ਚੰਗਾ ਬਣਾਉਣਾ ਚਾਹੁੰਦੇ ਹੋ ਤੇ ਇਸ ਦੇ ਨਾਲ ਹੀ ਅੱਜ ਦਾ ਸ਼ੋਅ ਖਤਮ ਹੁੰਦਾ ਹੈ ਇਜਾਜ਼ਤ ਦਿਓ ਧੰਨਵਾਦ ਖਬਰوں ਕੀ ਦੁਨੀਆ ਮੇ ਆਈਏ हमारे साथ कहीं भी और कभी भी जुड़िए हम मिलेंगे फेसबुक पर हम दिखेंगे यूट्यूब पर हमें फॉलो कीजिए ट्विटर पर खबरों के साथ बने रहिए रात दिन